ਪੜ੍ਹ ਕੇ ਬੱਦਲਾਂ ਦੇ ਉੱਪਰ ਆ ਜਾਂਦੇ। ਹਾਂਜੀ ਮਿੱਤਰੋ, ਕੀ ਹਾਲ ਆ? ਗੁੱਡ ਮਾਰਨਿੰਗ ਅਤੇ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ। ਅਤੇ ਅੱਜ ਆਪਾਂ ਹੈਗੀ ਆ 14 ਤਰੀਕ ਅਕਤੂਬਰ ਮਹੀਨਾ 2023, ਸਵੇਰ ਦੇ 5:04 ਹੋ ਗਏ ਆ। ਇਸ ਟਾਈਮ ਆਪਾਂ ਅੰਮ੍ਰਿਤਸਰ ਸਾਹਿਬ ਅਤੇ ਰੈਡੀ ਰੂਡੀ ਹੋ ਗਏ ਹਾਂ ਜਾਣ ਲਈ। ਤੁਹਾਨੂੰ ਅੱਜ ਦਾ ਗੈਟਅਪ ਦਿਖਾ ਦਿੰਦੇ ਆ। ਥੋੜੀ ਜੀ ਲਾਈਟ ਦੀ ਇੱਥੇ ਉੱਪਰਲੀ ਲਾਈਟ ਨਹੀਂ ਚੱਲੀ ਇਹਨਾਂ ਦੀ, ਤੇ ਬਾਕੀ ਫਿਰ ਕੋਈ ਨਾ ਬਾਹਰ ਦਿਖਾਵਾਂਗੇ। ਆਪਣਾ ਨਵੀਂ ਤਿਆਰ ਹੋ ਰਿਹਾ, ਜੋਧਾ ਰੀਲ ਬਣਾ ਕੇ ਹਟਿਆ। ਸਿਸਟਰ ਸਾਹਿਬਾ ਇੱਧਰ, ਮਾਤਾ ਇੱਥੇ। ਹੁਣ ਰੁਕੇ ਹਾਂ ਜੀ ਚਾਹ ਪੀਣ ਲਈ। ਇੱਧਰ ਆਪਣੇ ਚਾਹਾਂ ਚੂਹਾਂ ਪੀਂਦੇ ਹੋਏ ਕਰਦੇ। ਲੈ ਵੀ ਜੋਧਿਆ, ਹੁਣ ਜੋਧੇ ਨੂੰ ਮਿਲਾਂਗੇ ਥੋੜੇ ਦਿਨਾਂ ਬਾਅਦ। ਚੱਲ ਵੀ ਉੱਥੇ ਜੀ। ਆਪਾਂ ਅੰਦਰ ਆ ਗਏ ਹਾਂ ਏਅਰਪੋਰਟ ਦੇ, ਹੁਣ ਸਮਾਨ ਸਮੂਨ ਕਰਾਉਂਦੇ ਹਾਂ ਚੈੱਕ ਅਤੇ ਫਿਰ ਅੱਗੇ ਦਿਖਾਉਂਦੇ ਹਾਂ ਸਾਰਾ ਸਿਸਟਮ ਲਾਈਨ ਵਿੱਚ ਲੱਗੇ ਹੋਏ ਹਾਂ। ਸੋ ਆਪਾਂ ਕਰਾ ਕੇ ਆਪਣਾ ਸਾਰਾ ਇਮੀਗ੍ਰੇਸ਼ਨ ਵਾਲਾ ਕੰਮ ਡਨ ਅਤੇ ਹੁਣ ਬਸ ਵੇਟਿੰਗ ਰੂਮ 'ਚ ਚੱਲੇ ਹਾਂ। ਲਓ ਵੇਟਿੰਗ ਰੂਮ 'ਚ ਆਪਾਂ ਆ ਗਏ ਹਾਂ, ਬਸ ਸਾਰੇ ਬੈਠੇ ਆ। 9:15 ਦੀ ਆਪਣੀ ਫਲਾਈਟ ਆ, ਬਹੁਤ ਸੋਹਣਾ ਬਣਾਤਾ ਉੱਪਰੋਂ। ਹਾਂਜੀ ਮਿੱਤਰ ਪਿਆਰਿਓ, ਅਤੇ ਹੁਣ ਆਪਣਾ ਸਾਰਾ ਕੰਮ ਡਨ ਹੋ ਗਿਆ, ਬੋਰਡਿੰਗ ਸਭ ਕੁਛ। ਅਤੇ ਹੁਣ ਬਸ ਆਪਾਂ ਜਹਾਜ਼ ਦੇ ਉੱਡਣ ਦੀ ਵੇਟ ਕਰਦੇ ਹਾਂ। ਮੂੰਹ ਵਗੈਰਾ ਹੁਣ ਧੋ ਲਿਆ, ਫਰੈਸ਼ ਫਰੁਸ਼ ਹੋ ਗਏ ਹਾਂ ਚੰਗੀ ਤਰ੍ਹਾਂ, ਟਾਈਮ ਨਾਲ ਉੱਠੇ ਸੀ। ਅਤੇ ਹੁਣ ਫਿਰ ਤੁਹਾਨੂੰ ਦਿਖਾਉਂਦੇ ਅਗਲਾ ਸਫ਼ਰ, ਆਪਣੇ ਯਾਰ ਪ੍ਰੀਤ ਨੂੰ ਵੀ ਮਿਲਣਾ ਬਹੁਤ ਟਾਈਮ ਬਾਅਦ। ਅਤੇ ਚਲੋ ਬਣੇ ਰਹੋ ਵਲੌਗ 'ਚ। ਥੈਂਕ ਯੂ, ਲਵ ਯੂ। ਮਤਲਬ ਨਾ ਹਜੇ ਝਿਜਕ ਜੀ ਮਤਲਬ ਆ ਰਹੀ ਆ ਵੀ ਪਹਿਲੀ ਵਾਰੀ ਮੈਂ ਇੱਦਾਂ ਵਲੌਗ ਸ਼ੂਟ ਕਰ ਰਿਹਾ ਹਨਾ। ਲਓ ਜੀ ਆਪਣੀ ਐਂਟਰੀ ਹੋ ਰਹੀ ਆ ਜਹਾਜ਼ 'ਚ। ਆ ਖੜਾ ਲਓ ਜੀ, ਕਰ ਲਈ ਆਪਾਂ ਐਂਟਰੀ ਜਹਾਜ਼ 'ਚ।
ਮੈਂ ਕਿਹਾ ਬੜਾ ਜਿਹਾ ਇਹ ਵੀ ਦਿਖਾ ਦੇ ਤੁਹਾਨੂੰ ਆਏ ਹੁੰਦਾ ਦੇਖ ਲਓ ਬਹੁਤ ਮੇਰੇ ਵੀਰ ਭਾਈ ਅਜੇ ਆਉਣਗੇ ਜਹਾਜ਼ਾਂ ਦੇ ਸਫ਼ਰ ਕਰਨੇ ਬਸ ਇੰਨਾ ਕੀ ਹੁੰਦਾ ਆ ਤੁਹਾਡਾ ਭਾਈ ਆਪਣੇ ਬਾਈ ਹੁਣੀ ਮਿਲੇ ਸੀਗੇ ਪਟਿਆਲੇ ਤੋਂ ਠੀਕ ਆ ਬਾਈ ਗੱਲਬਾਤ ਬਾਈ ਹੁਣਾਂ ਨਾਲ ਕੀਤੀ ਬੜਾ ਵਧੀਆ ਲੱਗਾ ਕੀ ਜਿਹਾ ਲੱਗ ਗਿਆ ਪੰਜ ਕੁ ਮਿੰਟ ਇੱਧਰ ਬੈਠੇ ਆ ਹੈਲੋ ਜੀ ਹੈਲੋ ਅਤੇ ਬੜਾ ਵਧੀਆ ਲੱਗਾ ਤਾਂ ਪਹੁੰਚਣ ਵਾਲੇ ਹੀ ਆ ਹੁਣ ਗੇੜੇ ਗੁੜੇ ਜੇ ਕੱਢਦੇ ਸੀ ਵਿੱਚ ਜਹਾਜ਼ ਦੇ ਅੱਕ ਜੇ ਗਏ ਬੈਠੇ ਬੈਠੇ ਲੋਕ ਸਮੁੰਦਰ ਪਹੁੰਚ ਗਏ ਹਾਂ ਦੁਬਈ ਇਹ ਆਪਾਂ ਨੂੰ ਬੱਸ ਲੈ ਕੇ ਚੱਲੀ ਆ ਹਾਂਜੀ ਆਪਣੀ ਇਮੀਗ੍ਰੇਸ਼ਨ ਵਗੈਰਾ ਹੋ ਗਈ ਆ ਡਨ ਅਤੇ ਆਪਾਂ ਹੁਣ ਨਿਕਲਣ ਲੱਗੇ ਹਾਂ ਬਾਹਰ ਏਅਰਪੋਰਟ ਤੋਂ ਆਹ ਦੇਖੋ ਗੱਲਬਾਤ ਕੈਸੀ ਮੋਟਰਸਾਈਕਲ ਦਾ ਪਤਾ ਨਹੀਂ ਕਿਹੜਾ ਲੈ ਵੀ ਬੋਤਲਾਂ ਹੀ ਬੋਤਲਾਂ ਪਈਆਂ ਕਮਾਲ ਹੋਈ ਪਈ ਆ ਸਿਰਾ ਹੋਇਆ ਪਿਆ ਲੈ ਸਾਰੇ ਵੇਟ ਕਰਦੇ ਆਪਦੇ ਆਪਦੇ ਨੈਗੇਟਿਵ ਦੀ ਆਪਾਂ ਵੀ ਦੇਣੇ ਆ ਆਪਣੇ ਵਾਲਾ ਕਿੱਥੇ ਆ ਜੰਬਲ ਆ ਮਿਲ ਗਿਆ ਵੀ ਪ੍ਰੀਤ ਸੰਗਰੇੜੀ ਕਿਵੇਂ ਯਾਰ ਠੀਕ ਆ ਹੋਰ ਸੁਣਾ ਲਓ ਵੀ ਮਿਲ ਗਿਆ ਆਪਣਾ ਯਾਰ ਚੱਲਦੇ ਆ ਬਾਹਰ ਚਲੋ ਹੁਣ ਮਿਲ ਟਕਾ ਕੇ ਨਹੀਂ ਫਿਰਦਾ ਪੈ ਗਿਆ ਕਹਿੰਦੇ ਚਮਕੀਲਾ ਸ਼ੁਕਰ ਆ ਇਹ ਪਹਿਲਾਂ ਆ ਗਿਆ ਨੀਂਦ ਲੱਥੇ ਪੈਣੇ ਸੀ ਇਥੋਂ ਹੁਣ ਆਪਾਂ ਲੈ ਲਿਆ ਕੀ ਕਹਿੰਦੇ ਮੈਟਰੋ ਮੈਟਰੋ ਲਓ ਜੀ ਆਪਣੇ ਰੂਮ ਚ ਆ ਗਏ ਆਪਾਂ ਐਂਟਰੈਂਸ ਹਾਂਜੀ ਰੂਮ 'ਚ ਆਪਾਂ ਪਹੁੰਚ ਗਏ ਹੁਣ ਕਰਦੇ ਹਾਂ ਆਰਾਮ ਬਹੁਤ ਥੱਕਿਆ ਪਿਆ ਅਤੇ ਫਿਰ ਹੁਣ ਤੁਹਾਨੂੰ ਕੱਲ੍ਹ ਨੂੰ ਦਿਖਾਵਾਂਗੇ ਬਾਕੀ ਦੇ ਬਲੌਗ ਵੀ ਪਾਵਾਂਗੇ ਓਕੇ ਲਵ ਯੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ